ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਲੋਕ ਮਹੱਲਾ ਤੀਜਾ। ਆਤਮਾ ਦੇਵ ਪੂਜੀਐ। ਆਤਮਾ ਦੇਵ ਜਿਹੜਾ ਪਾਠ ਹੈ ਇਹ ਸੰਬੰਧਕ ਪਾਠ ਹੈ। ਦੇਵ ਪੂਜੀਐ ਨਹੀਂ ਕਹਿਣਾ, ਆਤਮਾ ਦੇਵ ਪੂਜੀਐ। ਆਤਮਾ ਦੇਵ ਪੂਜੀਐ ਗੁਰ ਕੈ ਸਹਿਜ ਸੁਭਾਅ, ਆਤਮੇ ਨੂੰ ਆਤਮੇ ਦੀ ਪ੍ਰਤੀਤ ਹੋਏ। ਪ੍ਰਤੀਤ ਰਾਰਾ ਨੀ, ਹੇਠਾਂ ਰਾਰਾ ਪ੍ਰਤੀਤ, ਪ੍ਰ ਉਚਾਰਨ ਕਰਨਾ। ਆਤਮੇ ਨੂੰ ਆਤਮੇ ਦੀ ਪ੍ਰਤੀਤ ਹੋਏ, ਆਤਮੇ ਨੂੰ ਆਤਮੇ ਦੀ ਪ੍ਰਤੀਤ ਹੋਏ, ਤਾਂ ਘਰ ਹੀ ਪਰਚਾ ਪਾਏ, ਆਤਮਾ ਅਡੋਲ ਨਾ ਡੋਲਈ। ਆਤਮਾ ਅਡੋਲ, ਇੱਥੇ ਠਮਕ ਲੱਗੇਗੀ, ਨਾ ਡੋਲਈ। ਆਤਮਾ ਅਡੋਲ ਨਾ ਡੋਲਈ, ਗੁਰ ਕੈ ਭਾਏ ਸੁਭਾਏ, ਗੁਰ ਵਿਣ ਸਹਿਜ ਨਾ ਆਵਈ, ਲੋਭ ਮੈਲ ਨਾ ਵਿੱਚ ਹੋ ਜਾਏ। ਲੋਭ ਮੈਲ, ਇੱਥੇ ਠਮਕ ਲੱਗ ਜਾਏਗੀ, ਲੋਭ ਮੈਲ ਨਾ ਵਿੱਚ ਹੋ ਜਾਏ। ਖੇਨ ਪਲ ਹਰ ਨਾਮ ਮਨ ਵਸੈ, ਸਭ ਅੱਠ ਸੱਠ ਤੀਰਥ ਨਹਾਏ। ਜਿਹੜਾ ਅੱਠ ਸੱਠ ਤੀਰਥ ਹੈ ਨਾ, ਇਹ ਸੰਬੰਧਕ ਪਾਠ ਹੁੰਦਾ ਹੈ। ਅੱਠ ਸੱਠ ਤੀਰਥ ਨਹਾਏ ਸਭ, ਖੇਨ ਪਲ ਹਰ ਨਾਮ ਮਨ ਵਸੈ, ਸਭ ਅੱਠ ਸੱਠ ਤੀਰਥ ਨਹਾਏ। ਸੱਚੇ ਮੈਲ ਨਾ ਲੱਗਈ, ਸੱਚੇ ਪਦ ਤੇ ਵੀ ਯਮਕ ਲਾਉਣੀ ਹੈ, ਸੱਚੇ ਮੈਲ ਨਾ ਲੱਗਈ। ਮਲ ਲਾਗੈ ਦੂਜੈ ਪਾਏ, ਧੋਤੀ ਮੂਲ ਨਾ ਉਤਰੈ ਜੇ। ਹਾਂ, ਧੋਤੀ ਇੱਥੇ ਯਮਕ ਲਾ ਦੇਣੀ ਹੈ, ਧੋਤੀ ਮੂਲ ਨਾ ਉਤਰੈ ਜੇ। ਅੱਠ ਸੱਠ ਤੀਰਥ ਨਹਾਏ, ਮਨਮੁਖ ਕਰਮ ਕਰੇ ਅਹੰਕਾਰੀ, ਸਭ ਦੁਖ ਦੁਖ ਕਮਾਏ, ਨਾਨਕ ਮੈਲਾ ਉਜਲ ਤਾਥੀ ਹੈ। ਇਹ ਵੀ ਧਿਆਨ ਨਾਲ ਉਚਾਰਨ ਕਰਨਾ, ਨਾਨਕ ਮੈਲਾ ਨੀ ਕਹਿ ਦੇਣਾ ਤੇ ਮੈਲਾ ਉਜਲ ਇਕੱਠਾ ਨੀ ਕਹਿ ਦੇਣਾ। ਇਹ ਜਿਹੜਾ ਮੈਲਾ ਪਾਦ ਹੈ ਨਾ, ਇਹਦੇ ਅੱਗੇ ਵੀ ਠਮਕ ਲਾਉਣੀ ਹੈ, ਮਗਰੋਂ ਵੀ ਠਮਕ ਲਾਉਣੀ ਹੈ, ਤਾਂ ਸ਼ੁੱਧ ਪਾਠ ਉਚਾਰਨ ਕੀਤਾ ਜਾਏਗਾ, ਨਾਨਕ ਮੈਲਾ ਉਜਲ ਤਾਥੀ ਹੈ। ਨਾਨਕ ਮੈਲਾ ਨੀ ਕਹਿਣਾ, ਨਾਨਕ ਮੈਲਾ ਉਜਲ ਤਾਥੀ ਹੈ। ਜਾ ਸਤਿਗੁਰ ਮਾਹਿ ਸਮਾਏ, ਮਹੱਲਾ ਤੀਜਾ, ਮਨਮੁਖ ਲੋਕ ਸਮਝਾਈ ਹੈ। ਮਨਮੁਖ ਲੋਕ ਸਮਝਾਈ ਹੈ, ਕਦਹ ਸਮਝਾਇਆ ਜਾਏ, ਮਨਮੁਖ ਰਲਾਇਆ ਨਾ ਰਲੈ, ਪਿਆ ਹੈ ਕਿਰਤ ਕਮਾ, ਪਿਆ ਹੈ ਕਿਰਤ ਫਿਰਾ। ਨਹੀਂ ਹੈ, ਮਨਮੁਖ ਰਲਾਇਆ ਨਾ ਰਲੈ, ਪਿਆ ਕਿਰਤ ਫਿਰਾਏ। ਮਨਮੁਖ ਰਲਾਇਆ ਨਾ ਰਲੈ, ਪਿਆ ਕਿਰਤ ਫਿਰਾਏ, ਲਿਵ ਧਾਤ ਦੋਏ ਰਾਹ ਹੈ। ਲਿਵ ਧਾਤ ਦੋਏ, ਇੱਥੇ ਠਮਕ ਲਾ ਦੇਣੀ ਹੈ, ਜਿਸ ਤਰ੍ਹਾਂ ਸਾਰੇ ਜਿੱਥੇ ਵੀ ਆ ਜਾਏ ਨਾ, ਦੋਏ ਚੰਦ ਸੂਰਜ ਦੋਏ, ਹੈਂ, ਦਿਵਸ ਰਾਤ ਦੋਏ, ਸੁਖ ਦੁੱਖ ਦੋਏ, ਇਸ ਤਰ੍ਹਾਂ ਦੋਏ ਪਦ ਤੇ ਠਮਕ ਲਾਉਣੀ ਹੈ। ਲਿਵ ਧਾਤ ਦੋਏ ਰਾਹ ਹੈ, ਦੋਵੇਂ ਹਾਹੀ ਉਚਾਰਨ ਕਰਨੇ। ਹੁਕਮੀ ਕਾਰ ਕਮਾਏ, ਗੁਰਮੁਖ ਆਪਣਾ ਮਨ ਮਾਰਿਆ, ਸ਼ਬਦ ਕਸਵੱਟੀ ਲਾਏ, ਮਨ ਹੀ ਨਾਲ ਝਗੜਾ, ਮਨ ਹੀ ਨਾਲ ਸੱਥ। ਇਹ ਸੱਥ ਉਚਾਰਨ ਕਰਨਾ ਕਸ ਕੇ, ਮਨ ਹੀ ਨਾਲ ਝਗੜਾ, ਮਨ ਹੀ ਨਾਲ ਸੱਥ। ਮਨ ਹੀ ਮਨ ਜਸਮਾਏ, ਮਨ ਜੋ ਇੱਛੇ ਸੋ ਲਹੈ, ਸੱਚਾ ਸ਼ਬਦ ਸੁਭਾਏ, ਅੰਮ੍ਰਿਤ ਨਾਮ ਸਾਧ ਪੁੰਚੀਐ, ਗੁਰਮੁਖ ਕਾਰ ਕਮਾਏ,
ਵਿਣ ਮਨੈ ਜੇ ਹੋਰੀ ਨਾਲ ਲੁਜਣਾ ਇਹ ਮੰਨੈ ਨੀ ਕਹਿ ਦੇਣਾ ਵਿਣ ਮਨੈ ਜੇ ਹੋਰੀ ਨਾਲ ਲੁਜਣਾ ਜਾਸੀ ਜਨਮ ਗਵਾਏ ਮਨ ਮੁਖੀ ਮਨ ਹਠ ਹਾਰਿਆ ਕੂੜ ਕੁਸਤ ਕਮਾਏ ਇਹ ਕੁਸਤ ਉਚਾਰਨ ਕਰਨਾ ਇਹਨੂੰ ਕੁਸ਼ਤ ਨੀ ਕਹਿ ਦੇਣਾ ਗੁਰ ਪ੍ਰਸਾਦੀ ਮਨ ਜਿਣੈ ਹਰ ਸੇਤੀ ਲਿਵ ਲਾਏ ਨਾਨਕ ਗੁਰਮੁਖ ਸੱਚ ਕਮਾਵੈ ਮਨ ਮੁਖ ਆਵੈ ਜਾਏ ਪੌੜੀ ਹਰ ਕੇ ਸੰਤ ਸੁਣੋ ਜਨ ਭਾਈ ਹਰ ਸਤਿਗੁਰ ਕੀ ਇੱਕ ਸਾਖੀ ਜਿਸ ਧੁਰ ਭਾਗ ਹੋਵੈ ਮੁਖ ਮਸਤਕ ਤਿੰਨ ਜਨ ਲੈ ਹਿਰਦੈ ਰਾਖੀ ਹਰ ਅੰਮ੍ਰਿਤ ਕਥਾ ਸ੍ਰੇਸ਼ਟ ਉਤਮ ਗੁਰਬਚਨੀ ਸਹਿਜੇ ਚਾਖੀ ਤਹਿ ਭਇਆ ਪ੍ਰਗਾਸ ਮਿਟਿਆ ਅੰਧਿਆਰਾ ਤਹਿ ਭਇਆ ਪ੍ਰਗਾਸ ਇੱਥੇ ਠਮਕ ਲਾ ਦੇਣੀ ਹੈ ਮਿਟਿਆ ਅੰਧਿਆਰਾ ਜਿਉ ਸੂਰਜ ਰਹਿਣ ਕੇ ਰਾਖੀ ਜਿਉ ਸੂਰਜ ਰਹਿਣ ਕੇ ਰਾਖੀ ਅਦਿਸ਼ਟ ਅਗੋਚਰ ਅਲਖ ਨਿਰੰਜਨ ਸੋ ਦੇਖਿਆ ਗੁਰਮੁਖ ਆਖੀ ਸਲੋਕ ਮਹੱਲਾ ਤੀਜਾ ਸਤਿਗੁਰ ਸੇਵੇ ਆਪਣਾ ਸੋ ਸਿਰ ਵੇਖੈ ਲਾਇ ਵਿਚਹ ਆਪ ਗਵਾਇ ਕੈ ਰਹਿਣ ਸੱਚ ਲਿਵ ਲਾਇ ਸਤਿਗੁਰ ਜੀ ਨਾ ਸੇਵਿਓ ਤਿਨਾ ਬਿਰਥਾ ਜਨਮ ਗਵਾਇ ਨਾਨਕ ਜੋ ਤਿਸ ਭਾਵੈ ਸੋ ਕਰੇ ਕਹਿਣਾ ਕਿਛੂ ਨਾ ਜਾਏ ਮਹੱਲਾ ਤੀਜਾ ਮਨ ਵੇਕਾਰੀ ਵੇੜਿਆ ਇਹ ਵੇੜਿਆ ਉਚਾਰਨ ਕਰਨਾ ਵੇੜਿਆ ਨੀ ਕਹਿ ਦੇਣਾ ਪੁੱਲਾ ਬੋਲਣਾ ਵੇਕਾਰਾ ਕਰਬ ਕਮਾਏ ਦੂਜੇ ਭਾਏ ਅਗਿਆਨੀ ਪੂਜ ਦੇ ਦਰਗਹ ਮਿਲੈ ਸਜਾਏ ਆਤਮਾ ਦੇ ਉਹ ਪੂਜੀਐ ਆਤਮ ਦੇ ਉਹ ਪੂਜੀਐ ਆਤਮ ਦੇ ਉਹ ਸੰਬੰਧਕ ਪਾਠ ਬਿਨ ਸਤਿਗੁਰ ਬੂਝ ਨਾ ਪਾਏ ਜਾਪ ਤਾਪ ਸੰਜਮ ਭਾਣਾ ਸਤਿਗੁਰੂ ਕਾ ਕਰਮੀ ਪੱਲੈ ਪਾਏ ਨਾਨਕ ਸੇਵਾ ਸੁਰਤ ਕਮਾਵਣੀ ਜੋ ਹਰ ਭਾਵੈ ਸੋ ਥਾਏ ਪਾਏ ਪੌੜੀ ਹਰ 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 ਨਾਮ ਜਪਹੁ ਮਨ ਮੇਰੇ ਇਹ ਮਨ ਮੇਰੇ ਜਿੰਨੇ ਵੀ ਆਉਣਗੇ ਉਸ ਤੋਂ ਪਹਿਲਾਂ ਠਮਕ ਲਾ ਦੇਣੀ ਆ ਹਰ ਹਰ ਨਾਮ ਜਪਹੁ ਮਨ ਮੇਰੇ ਹਰ ਹਰ ਨਾਮ ਜਪਹ ਮਨ ਮੇਰੇ ਜੇਤ ਸਦਾ ਸੁਖ ਹੋਵੈ ਦਿਨ ਰਾਤੀ ਹਰ ਹਰ ਨਾਮ ਜਪਹ ਮਨ ਮੇਰੇ ਜੇਤ ਸਿਮਰਤ ਸਭ ਕਿਲਵਿਖ ਪਾਪ ਲਹਾਤੀ ਹਰ ਹਰ ਨਾਮ ਜਪਹ ਮਨ ਮੇਰੇ ਜਪਹ ਜਪਹ ਇਸ ਤਰ੍ਹਾਂ ਉਚਾਰਨ ਕਰਨਾ ਹਰ ਹਰ ਨਾਮ ਜਪਹ ਮਨ ਮੇਰੇ ਹਰ ਹਰ ਨਾਮ ਜਪਹ ਮਨ ਮੇਰੇ ਜਿਤ ਦਾਲਦ ਦੁਖ ਭੁਖ ਸਭ ਲਹਿ ਜਾਤੀ ਜਿਤ ਦਾਲਦ ਦੁਖ ਭੁਖ ਸਭ ਲਹਿ ਜਾਤੀ ਹਰ ਹਰ ਨਾਮ ਜਪਹ ਹਰ ਹਰ ਨਾਮ ਜਪਹ ਮਨ ਮੇਰੇ ਮੁਖ ਗੁਰਮੁਖ ਪ੍ਰੀਤ ਲਗਾਤੀ ਜਿਤ ਮੁਖ ਭਾਗ ਲਿਖਿਆ ਧੁਰ ਸਾਚੈ ਜਿਤ ਮੁਖ ਭਾਗ ਲਿਖਿਆ ਧੁਰ ਸਾਚੈ ਜਿਤ ਮੁਖ ਭਾਗ ਲਿਖਿਆ ਧੁਰ ਸਾਚੈ ਹਰ ਤਿਤ ਮੁਖ ਹਰ ਤਿਤ ਮੁਖ ਹਰ ਇੱਥੇ ਯਮਕ ਲੱਗ ਜੇਗੀ ਤਿਤ ਮੁਖ ਹਰ ਤਿਤ ਮੁਖ ਨਾਮ ਜਪਾਤੀ ਤਿਤ ਮੁਖ ਨੀ ਕਹਿ ਦੇਣਾ ਹਰ ਤਿਤ ਮੁਖ ਨਾਮ ਜਪਾਤੀ
ਸਲੋਕ ਮਹੱਲਾ ਤੀਜਾ। ਸਤਿਗੁਰ ਜਿਨੀ ਨਾ ਸੇਵਿਓ, ਸ਼ਬਦ ਨਾ ਕੀਤੋ ਵਿਚਾਰ। ਸ਼ਬਦ ਨਾ ਕੀਤੋ ਵਿਚਾਰ, ਅੰਤਰ ਗਿਆਨ ਨਾ ਆਇਓ। ਹਾਂਜੀ, ਅੰਤਰ ਤੇ ਯਮਕ, ਅੰਤਰ ਗਿਆਨ ਨਾ ਆਇਓ। ਮ੍ਰਿਤਕ ਹੈ ਸੰਸਾਰ, ਮ੍ਰਿਤਕ ਹੈ, ਇੱਥੇ ਠਮਕ ਲੱਗ ਜਾਏਗੀ, ਮ੍ਰਿਤਕ ਹੈ, ਮਰਿਆਂ ਦੀ ਗਿਣਤੀ ਵਿੱਚ ਹੈ ਉਹ ਸੰਸਾਰ ਦੀ। ਲੱਖ ਚੌਰਾਸੀ ਫੇਰ ਪਿਆ, ਮਰ ਜੰਮੈ ਹੋਇ ਖੁਆਰ। ਸਤਿਗੁਰ ਕੀ ਸੇਵਾ ਸੋ ਕਰੇ, ਜਿਸਨੋ ਆਪ ਕਰਾਏ ਸੋਇ। ਸਤਿਗੁਰ ਵਿੱਚ ਨਾਮ ਨਿਧਾਨ ਹੈ, ਕਰਮ ਪ੍ਰਾਪਤ ਹੋਇ। ਸੱਚ ਰੱਤੇ ਗੁਰ ਸ਼ਬਦ ਸਿਓ, ਤਿਨ ਸੱਚੀ ਸਦਾ ਲਿਵ ਲਾ, ਤਿਨ ਸੱਚੀ ਸਦਾ ਲਿਵ ਹੋਇ। ਦੁਬਾਰਾ ਪੰਕਤੀ ਪੜ੍ਹ ਦਿਓ ਜੀ। ਸੱਚੇ ਸੱਚ ਰੱਤੇ ਗੁਰ ਸ਼ਬਦ ਸਿਓ, ਤਿਨ ਸੱਚੀ ਸਦਾ ਲਿਵ ਹੋਇ। ਨਾਨਕ ਜਿਸਨੋ ਮੇਲੇ ਨਾ ਵਿਛੁੜੈ, ਸਹਿਜ ਸਮਾਵੈ ਸੋਇ। ਮਹੱਲਾ ਤੀਜਾ। ਸੋ ਭਗਵਤੀ ਜੋ ਭਗਵੰਤੈ ਜਾਣੈ, ਗੁਰ ਪ੍ਰਸਾਦੀ ਆਪ ਪਛਾਣੈ। ਧਾਵਤ ਰਾਖੈ ਇਕਤ ਘਰ ਆਣੈ, ਜੀਵਤ ਮਰੈ ਹਰ ਨਾਮ ਵਖਾਣੈ। ਐਸਾ ਭਗਵਤੀ ਉੱਤਮ ਹੋਇ, ਨਾਨਕ ਸੱਚ ਸਮਾਵੈ ਸੋਇ। ਮਹੱਲਾ ਤੀਜਾ। ਅੰਤਰ ਕਪਟ ਭਗਵਤੀ ਕਹਾਏ, ਪਾਖੰਡ ਬਾਰ ਬ੍ਰਹਮ ਕਦੇ ਨਾ ਪਾਏ। ਵਿਸਰਾਮ ਧਿਆਨ ਨਾਲ ਲਾਉਣਾ, ਪਾਖੰਡ ਪਾਰ ਬ੍ਰਹਮ ਨੀ ਕਹਿ ਦੇਣਾ, ਪਾਖੰਡ ਪਾਰ ਬ੍ਰਹਮ ਕਦੇ ਨਾ ਪਾਏ। ਪਾਖੰਡ ਪਾਰ ਬ੍ਰਹਮ ਕਦੇ ਨਾ ਪਾਏ, ਪਰ ਨਿੰਦਾ ਕਰੇ ਅੰਤਰ ਮਲ ਲਾਏ। ਬਾਹਰ ਮਲ ਧੋਵੈ ਮਨ ਕੀ ਜੂਠ ਨਾ ਜਾਏ। ਸਤ ਸੰਗਤ ਸਿਓ ਬਾਦ ਰਚਾਏ, ਅਨ ਦਿਨ ਦੁਖੀਆ ਦੂਜਾ ਭਾਏ ਰਚਾਏ। ਸਾਰੀਆਂ ਲਾਵਾਂ ਦੇ ਨਾਲ ਹੀ ਉਚਾਰਨ ਕਰਨੇ ਹਨ ਪਦ। ਹਰ ਨਾਮ ਨਾ ਚੇਤਾ ਬਹੁ ਕਰਮ ਕਮਾਏ। ਹਰ ਨਾਮ ਨਾ ਚੇਤਾ, ਇੱਥੇ ਹਰ ਨਾਮ ਤੇ ਠਮਕ ਲੱਗ। ਹਰ ਨਾਮ ਨਾ ਚੇਤਾ ਬਹੁ ਕਰਮ ਕਮਾਏ, ਪੂਰਬ ਲਿਖਿਆ ਸੋ ਮੇਟਣਾ ਨਾ ਜਾਏ। ਨਾਨਕ ਬਿਨ ਸਤਿਗੁਰ ਸੇਵੇ ਮੋਖ ਨਾ ਪਾਏ। ਪੌੜੀ ਸਤਿਗੁਰ ਜਿਨੀ ਧਿਆਇਆ, ਸੇ ਕੜਨ ਸਵਾਹੀ। ਇਹ ਪਾਠ ਧਿਆਨ ਨਾਲ ਕਰਨਾ, ਸਤਿਗੁਰ ਜਿਨੀ ਧਿਆਇਆ ਸੇ, ਇੱਥੇ ਯਮਕ ਲੱਗ ਜਾਂਦੀ। ਕੜਿਨ ਪਾਠ ਸੰਪਰਦਾ ਦੇ ਵਿੱਚ ਇਕੱਠਾ ਕਰਾਇਆ ਜਾਂਦਾ, ਲਿਖਿਆ ਹੋਇਆ ਕੜਨਾ ਸਵਾਹੀ ਦੂਜਾ ਪਾਠ ਹੈ। ਮੁੱਖ ਪਾਠ ਸਤਿਗੁਰ ਜਿਨੀ ਧਿਆਇਆ ਸੇ ਕੜਿਨ ਸਵਾਹੀ। ਸਤਿਗੁਰ ਜਿਨੀ ਧਿਆਇਆ ਸੇ ਕੜਿਨ ਸਵਾਹੀ, ਅਰਥ ਕੀਤਾ ਜਾਂਦਾ ਵੀ ਉਹ ਸਾਰੇ ਇੰਦਰੀਆਂ ਨੂੰ ਬੰਨ ਲੈਂਦੇ ਹਨ। ਸਤਿਗੁਰ ਜਿਨੀ ਧਿਆਇਆ ਸੇ ਤ੍ਰਿਪਤ ਅਗਾਹੀ, ਸਤਿਗੁਰ ਜਿਨੀ ਧਿਆਇਆ ਤਿਨ ਜਮ ਡਰ ਨਾਹੀ। ਜਿਨ ਕਾ ਹੋਆ ਕਿਰਪਾਲ ਹਰ, ਸੇ ਸਤਿਗੁਰ ਪੈਰੀ ਪਾਹੀ। ਤਿਨ ਐਥੈ ਉਥੈ ਮੁਖ ਉਜਲੇ, ਹਰ ਦਰਗਹ ਪੈਦੇ ਜਾਹੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।